ਕੀ ਹਾਲ ਹੈ ਸਭ ਦਾ? ਮੈਨੂੰ ਲੱਗਦਾ ਤੁਸੀਂ ਸਭ ਠੀਕ ਠਾਕ ਹੋ। ਅਤੇ ਅੱਜ ਅਸੀਂ ਚੱਲੇ ਹਾਂ ਭੜੀ ਭੜੀ ਦੇ ਹੈਗੇ ਦੋ ਜਿਹੀਆਂ ਦੇ ਪੋਲ, ਸਾਡੇ ਕੋਲ 11 ਪੋਲ ਨੇ ਅਤੇ ਗੱਡੀ ਹੋ ਚੁੱਕੀ ਹੈ ਲੋਡ ਅਤੇ ਸਾਡਾ ਰੱਸਾ ਸੀ ਟੁੱਟ ਗਿਆ ਸੀ ਅਤੇ ਹੁਣ ਅਸੀਂ ਰੱਸੇ ਦੀ ਡਿਮਾਂਡ ਕੀਤੀ ਹੋਈ ਹੈ ਦਫ਼ਤਰ 'ਚੋਂ ਕਿ ਸਾਨੂੰ ਰੱਸਾ ਮਿਲਦਾ ਜਾਂ ਨਹੀਂ ਮਿਲਦਾ। ਇਹ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਕਿ ਕਰੇਨ ਲੋਡ ਕਰਕੇ ਖੜ ਗਈ ਹੈ ਅਤੇ ਕਰੇਨ ਦੇ ਵਿੱਚ ਗਾਣੇ ਚੱਲ ਰਹੇ ਨੇ, ਬਹੁਤ ਹੀ ਪੁਰਾਣੇ ਵਧੀਆ ਗਾਣੇ ਨੇ, ਸੁਣਨ ਨੂੰ ਵੀ ਵਧੀਆ ਲੱਗਦੇ ਨੇ। ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ, ਤੁਹਾਨੂੰ ਦੱਸਦੇ ਹਾਂ ਸਾਨੂੰ ਰੱਸਾ ਮਿਲਿਆ ਜਾਂ ਨਹੀਂ ਮਿਲਿਆ। ਜਦ ਤੱਕ ਧਿਆਨ ਆਪਣਾ, ਸਾਨੂੰ ਰੱਸਾ ਫਿਰ ਮਿਲ ਹੀ ਗਿਆ ਆਖਰ ਨੂੰ ਅਤੇ ਹੁਣ ਅਸੀਂ ਚੱਲੇ ਹਾਂ ਭੜੀ ਨੂੰ ਅਤੇ ਭੜੀ ਜਾ ਕੇ ਪੋਲ ਲਾਉਣੇ ਨੇ ਦੋ ਜਾਈਆਂ ਦੇ, ਅਤੇ ਇੱਕ ਦੇ ਹੈਗੇ ਨੇ 8 ਅਤੇ ਇੱਕ ਦੇ ਹੈਗੇ ਨੇ 3। ਅਤੇ ਅੱਜ ਗਰਮੀ ਥੋੜ੍ਹੀ ਤੇਜ਼ ਹੋ ਚੁੱਕੀ ਹੈ, ਜਿਵੇਂ ਜਿਵੇਂ ਮੌਸਮ ਬਦਲਾਵ ਹੋ ਰਿਹਾ, ਜਿਵੇਂ ਪਰਦਾਸ਼ ਛੱਡਦੀ ਹੈ ਧਰਤੀ ਨੇ, ਇਹ ਬਹੁਤ ਗਰਮੀ ਲੱਗ ਰਹੀ ਹੈ। ਅਤੇ ਹੁਣ ਅਸੀਂ ਤੇਲ ਪਵਾ ਕੇ ਫਿਰ ਅਸੀਂ ਅਗਲਾ ਸਭ ਸ਼ੁਰੂ ਕਰਦੇ ਹਾਂ, ਮਿਲਦੇ ਜਦ ਤੱਕ ਧੰਨਵਾਦ। ਅਸੀਂ ਗੇੜਾ ਲਾ ਕੇ ਆ ਚੁੱਕੇ ਹਾਂ ਅਤੇ ਅੱਜ ਅਸੀਂ ਬਹੁਤ ਹੀ ਪਰੇਸ਼ਾਨ ਹੋਏ, ਇਸ ਕਰਕੇ ਮੈਂ ਤੁਹਾਡੀ ਉਹਦੇ ਵਲੌਗ ਨਹੀਂ ਬਣਾ ਸਕਿਆ। ਅਤੇ ਅਸੀਂ ਅੱਜ ਬਹੁਤ ਇੰਤਜ਼ਾਰ ਕੀਤਾ, ਘੱਟੋ ਘੱਟ 2-3 ਘੰਟੇ ਸਾਨੂੰ ਜੇਈ ਨੇ ਇੰਤਜ਼ਾਰ ਕਰਾਇਆ। ਉਸ ਤੋਂ ਬਾਅਦ ਬੰਦਾ ਆਇਆ ਅਤੇ ਪੋਲ ਉਤਾਰੇ, ਅਸੀਂ ਇੱਕ ਜਗ੍ਹਾ ਹੀ ਪੋਲ ਉਤਾਰ ਕੇ ਚਲੇ ਗਏ ਵਾਪਸ। ਅਤੇ ਕੱਲ੍ਹ ਨੂੰ 13 ਤਰੀਕ ਹੈ ਅਤੇ ਕੱਲ੍ਹ ਨੂੰ 10 ਵਜੇ ਡੈਮ ਦੇ ਗੇਟ ਓਪਨ ਹੋਣੇ ਨੇ ਅਤੇ ਜੋ ਵੀ ਨਹਿਰਾਂ ਦੇ ਲਵੇ ਪੈਂਦੇ ਨੇ ਪਿੰਡ ਜਾਂ ਡੈਮ ਦੇ ਲਵੇ ਪੈਂਦੇ ਨੇ ਪਿੰਡ, ਸਭ ਆਪਣੇ ਚਕੰਨੇ ਹੋ ਕੇ ਰਹੋ। ਕੱਲ੍ਹ ਨੂੰ ਬਹੁਤ ਹੀ ਖਤਰਾ ਹੋ ਸਕਦਾ ਹੈ, ਜਿਵੇਂ ਕਹਿੰਦੇ ਤਾਂ ਖਤਰਾ ਹਾਲੇ ਟਲਿਆ ਨਹੀਂ, ਜਿਵੇਂ ਕਹਿਣ ਲੱਗੇ ਹੋ ਕਿ ਧੁੱਪ ਚੜ੍ਹ ਗਈ ਬਚਾਅ ਹੋ ਗਿਆ, ਹਾਲੇ ਕੋਈ ਬਚਾਅ ਨਹੀਂ। ਕੱਲ੍ਹ ਨੂੰ 10 ਵਜੇ ਤੋਂ ਬਾਅਦ ਪਤਾ ਚੱਲੂਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਸ ਕਰਕੇ ਸਾਰੇ ਜਣਿਆਂ ਨੂੰ ਸਾਵਧਾਨ ਰਹਿਣ ਦਾ ਸੁਚੇਤ ਕੀਤਾ ਜਾਂਦਾ ਹੈ। ਅਤੇ ਬਲਕਿ ਤੁਹਾਨੂੰ ਅਜਿਹਾ ਵਲੌਗ ਕਿਵੇਂ ਲੱਗਿਆ ਤਾਂ ਧੰਨਵਾਦ, ਥੈਂਕ ਯੂ, ਸ਼ੇਅਰ ਕਰ ਦਿਓ ਅਤੇ ਲਾਈਕ ਕਰ ਦਿਓ, ਕਮੈਂਟ ਕਰਕੇ ਦੱਸਿਆ ਕਰੋ ਅਤੇ ਕਿੱਦਾਂ ਦੇਖ ਰਹੇ ਹੋ। ਧੰਨਵਾਦ, ਸਾਰੇ ਬਾਏ ਕਰ ਦਿਓ, ਹੱਥ ਖੜਾ ਕਰਕੇ ਚਾਟਾ।